ਅਕਾਲ ਜੀ, ਮੈਂ ਰੁਪਿੰਦਰ ਕੌਰ ਦਰਗਨ ਜੀਰਾ ਤੋਂ, ਡਿਸਟ੍ਰਿਕਟ ਫਿਰੋਜ਼ਪੁਰ। ਮੇਰੇ ਯੂਟਰਸ 'ਚ ਫਾਈਬਰਾਇਡ ਸੀ, ਉਹਦੇ ਕਾਰਨ ਮੈਨੂੰ 10 ਤੋਂ 12 ਸਾਲ ਹੋ ਗਏ ਸੀ, ਮਤਲਬ ਇਸ ਬਿਮਾਰੀ ਨਾਲ ਲੜਦੇ ਹੋਏ। ਕਾਫੀ ਪੇਨ, ਕਾਫੀ ਬਲੀਡਿੰਗ, ਕਾਫੀ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਸੀਗੀਆਂ। ਅਤੇ ਇਹਦਾ ਬਹੁਤ ਟ੍ਰੀਟਮੈਂਟ ਕਰਾਇਆ, ਬਹੁਤ ਕੁਛ, ਬਹੁਤ ਮੈਡੀਸਨ ਵੀ ਖਾਧੀਆਂ, ਐਲੋਪੈਥੀ ਖਾਧੀ, ਹੈਮੋਪੈਥੀ ਵੀ ਖਾਧੀਆਂ, ਕਾਫੀ ਜਗ੍ਹਾ ਤੋਂ ਮਤਲਬ ਅਸੀਂ ਇਹਦਾ ਟ੍ਰੀਟਮੈਂਟ ਕਰਾਇਆ, ਲੇਕਿਨ ਮੈਨੂੰ ਕੋਈ ਰਿਲੀਫ ਨਹੀਂ ਮਿਲਿਆ। ਇੱਕ ਦਿਨ ਮੇਰੇ ਇੱਕ ਫਰੈਂਡ ਆਏ ਮੇਰੇ ਘਰ, ਅਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਵੀ ਤੁਸੀਂ ਮੋਗਾ ਤੋਂ ਡਾਕਟਰ ਅਮਿਤ ਸੂਦ ਨੇ, ਇੱਕ ਵਾਰੀ ਮੇਰੇ ਕਹਿਣ 'ਤੇ ਉਹਨਾਂ ਨੂੰ ਜ਼ਰੂਰ ਮਿਲੋ। ਅਤੇ ਮੈਂ ਮਤਲਬ ਪਰੇਡ ਤੋਂ ਇੰਨਾ ਕੁ ਡਰਦੀ ਸੀ, ਮੈਂ ਪਰੇਡ ਨਹੀਂ ਕਰਾਉਣਾ ਚਾਹੁੰਦੀ ਸੀ, ਪਰ ਉਹਨਾਂ ਦੇ ਕਹਿਣ 'ਤੇ ਅਸੀਂ ਡਾਕਟਰ ਸਾਹਿਬ ਕੋਲ ਆਏ ਮੋਗਾ। ਡਾਕਟਰ ਸਾਹਿਬ ਨੂੰ ਮਿਲੇ, ਡਾਕਟਰ ਸਾਹਿਬ ਨੇ ਇੰਨੇ ਅੱਛੇ ਢੰਗ ਨਾਲ ਸਾਨੂੰ ਟ੍ਰੀਟ ਕੀਤਾ ਵੀ ਮੈਨੂੰ ਜਿਹੜਾ ਕਿ ਓਪਰੇਸ਼ਨ ਦਾ ਇੱਕ ਡਰ ਸੀ ਉਹ ਇੱਕਦਮ ਖਤਮ ਹੋ ਗਿਆ, ਵੀ ਓਪਰੇਸ਼ਨ ਤੋਂ ਜੋ ਡਰ ਲੱਗ ਰਿਹਾ ਸੀ। ਉਹਨਾਂ ਨੇ ਬੜੇ ਅੱਛੇ ਫਰੈਂਡਲੀ ਬਿਹੇਵ ਨਾਲ ਆਪਣੇ ਐਂ ਫੈਮਿਲੀ ਮੈਂਬਰ ਤਰ੍ਹਾਂ ਸਾਨੂੰ ਟ੍ਰੀਟ ਕੀਤਾ, ਸਾਨੂੰ ਬਿਠਾਇਆ, ਪਾਣੀ ਪਿਲਾਇਆ, ਅੱਛੀ ਢੰਗ ਨਾਲ ਮੇਰੀ ਸਾਰੀ ਗੱਲ ਸੁਣੀ, ਸਾਰਾ ਕੁਛ ਮੈਨੂੰ ਸਮਝਾਇਆ ਵੀ ਦੇਖੋ ਕਰਾਉਣਾ ਤਾਂ ਤੁਸੀਂ ਓਪਰੇਟ ਹੈ, ਪਰ ਦਿਲ 'ਚੋਂ ਆਪਣਾ ਇੱਕ ਡਰ ਪਾਸੇ ਰੱਖੋ। ਅਤੇ ਉਹਨਾਂ ਦੇ ਓਪਰੇਟ ਕਰਨ ਦਾ ਤਰੀਕਾ, ਗੱਲ ਕਰਨ ਦਾ ਤਰੀਕਾ ਮਤਲਬ ਇੰਨਾ ਅੱਛਾ ਸੀ, ਕਹਿ ਲਓ ਵੀ ਮੈਨੂੰ ਕੋਈ ਪੇਨ, ਮੈਨੂੰ ਕੁਛ ਨਹੀਂ, ਮਤਲਬ ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ ਵੀ ਮੇਰਾ ਓਪਰੇਟ ਹੋਇਆ। ਓਪਰੇਟ ਹੋਣ ਤੋਂ ਬਾਅਦ ਕੋਈ ਵੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਨਹੀਂ ਆਈ, ਕੋਈ ਸਟਿਚਿਸ ਦੀ, ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਉਹਨਾਂ ਦਾ ਸਟਾਫ ਦੀ ਵੀ ਮੈਂ ਥੈਂਕਫੁਲ ਹਾਂ, ਕਿਉਂਕਿ ਉਹਨਾਂ ਦਾ ਸਟਾਫ ਦਾ ਬਿਹੇਵੀਅਰ, ਸਟਾਫ ਦਾ ਕੇਅਰ ਕਰਨ ਦਾ ਢੰਗ ਬਹੁਤ ਹੀ ਅੱਛਾ ਹੈ। ਵੈਸੇ ਹੋਸਪਿਟਲ 'ਚ ਇੰਨਾ ਕੁਛ ਨਹੀਂ ਕਿਤੇ ਮੈਂ ਦੇਖਿਆ, ਜੋ ਇਹਨਾਂ ਦੇ ਹੋਸਪਿਟਲ 'ਚ ਮੈਂ ਦੇਖਿਆ, ਡਾਕਟਰ ਸਾਹਿਬ ਜਾਂ ਡਾਕਟਰ ਸਾਹਿਬ ਦਾ ਸਟਾਫ ਜਾਂ ਸਫਾਈ ਕਹਿ ਲਓ, ਮਤਲਬ ਇੱਥੇ ਬਹੁਤ ਕੁਛ ਮੈਨੂੰ ਇੰਨਾ ਅੱਛਾ ਲੱਗਿਆ ਵੀ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅਤੇ ਮੈਂ ਆਪਣੇ ਪੇਟ ਤੋਂ, ਆਪਣੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਕੇ ਬਹੁਤ ਖੁਸ਼ ਹਾਂ, ਆਪਣੀ ਪੂਰੀ ਲਾਈਫ 'ਚ ਬਹੁਤ ਇੰਜੋਏ ਕਰ ਰਹੀ ਹਾਂ। ਥੈਂਕਸ ਡਾਕਟਰ ਦਾ, ਥੈਂਕਸ ਸਟਾਫ ਦਾ, ਲੇਕਿਨ ਮੇਰੀਆਂ ਜਿਹੜੀਆਂ ਹੋਰ ਕੋਈ ਮੇਰੀਆਂ ਭੈਣਾਂ ਜਾਂ ਮੇਰੇ ਹੋਰ ਕਲੀਕ ਇਸ ਬਿਮਾਰੀ ਨਾਲ ਲੜ ਰਹੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਓਪਰੇਟ ਮਤਲਬ ਕਰਾਉਣਾ ਚਾਹੁੰਦੇ ਆ, ਤਾਂ ਪਲੀਜ਼ ਪਲੀਜ਼ ਇੱਕ ਵਾਰੀ ਡਾਕਟਰ ਅਮਿਤ ਸੂਦ ਨੂੰ ਜ਼ਰੂਰ ਮਿਲੋ। ਉਹਨਾਂ ਦਾ ਨੇਚਰ, ਉਹਨਾਂ ਦਾ ਹਰ ਇੱਕ ਤਰ੍ਹਾਂ ਦਾ ਢੰਗ, ਗੱਲਬਾਤ ਕਰਨ ਦਾ ਢੰਗ ਮਤਲਬ ਬਹੁਤ ਇੰਨਾ ਅੱਛਾ, ਮੈਂ ਉਹਨਾਂ ਤੋਂ ਬਹੁਤ ਇੰਪ੍ਰੈਸ ਹੋਈ ਹਾਂ। ਮੈਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ। ਧੰਨਵਾਦ।